ਪਹਿਲਾਂ ਜਦੋਂ ਪਹਿਲੀ ਅਰਦਾਸ ਕੀਤੀ ਮੈਨੂੰ ਰਾਣਾ ਰਣਵੀਰ ਦਾ ਫੋਨ ਗਿਆ, ਬਾਬਾ ਜੀ ਫਿਲਮ ਸ਼ੁਰੂ ਕਰ ਰਹੇ ਹਾਂ, ਡੇਟਾਂ ਦੱਸੋ। ਅਸੀਂ ਨਾਂ ਲਿਖਿਆ ਤੁਹਾਡੇ ਕਰੈਕਟਰ ਦਾ ਜਵਾਲਾ ਸਿੰਘ ਸੋਹੀ। ਅੱਛਾ ਜੀ। ਤੇ ਸੋਹੀ ਸਾਨੂੰ ਏਦਾਂ ਕਹਿ ਰਿਹਾ। ਬਲਦ ਹੱਕਣ ਦਾ ਜਿਹੜਾ ਕੰਮ ਸੀ ਉਹ ਮੈਨੂੰ ਆਉਂਦਾ ਸੀ ਜੱਟਾਂ ਦਾ ਬੋਤਾਂ, ਉਹਦੇ 'ਚ ਮੈਂ ਮਾਰਕ 'ਤੇ ਆਪੇ ਹੀ ਹੱਟ ਹੱਟ ਕਰਕੇ ਆਪੇ ਵਾਪਸ ਆ ਜਾਂਦਾ ਸੀ। ਪਿੰਡਾਂ ਵਾਲੇ ਜਿਹੜੇ ਮੇਰੇ ਪਿੰਡ ਦੇ ਬੰਦੇ, ਮੈਂ ਹੁਣ ਅੱਜ ਕੱਲ੍ਹ ਪਿੰਡ ਰਹਿਣ ਲੱਗ ਗਿਆ, ਉਹ ਅਰਦਾਸ ਨੂੰ ਯਾਦ ਕਰਦੇ ਨੇ। ਸਟਰਗਲ 'ਚ ਬੰਦਾ ਕੋਈ ਪੰਡਿਤ ਨਹੀਂ ਛੱਡਦਾ, ਕੋਈ ਅੰਗੂਠੀਆਂ ਪਵਾਉਣ ਵਾਲਾ ਨਹੀਂ ਛੱਡਦਾ, ਵੀ ਯਾਰ ਰੱਬਾ ਕਾਮਯਾਬ ਕਰ ਯਾਰ ਕਿਸੇ ਪਾਸਿਓਂ। ਪਹਿਲਾਂ ਜਦੋਂ ਪਹਿਲੀ ਅਰਦਾਸ ਕੀਤੀ ਮੈਨੂੰ ਰਾਣਾ ਰਣਵੀਰ ਦਾ ਫੋਨ ਗਿਆ, ਬਾਬਾ ਜੀ ਫਿਲਮ ਸ਼ੁਰੂ ਕਰ ਰਹੇ ਹਾਂ, ਡੇਟਾਂ ਦੱਸੋ। ਉਹ ਮੈਂ ਇੱਕ ਹੋਰ ਪਾਸੇ ਮਾੜੇ ਜਿਹੇ ਹਾਂ ਕਹਿ ਬੈਠਿਆ ਸੀਗਾ, ਅਤੇ ਮੈਂ ਕਿਹਾ ਪੁੱਛ ਕੇ ਮੈਂ ਮਾੜਾ ਜਿਹਾ ਉੱਧਰ ਰਾਏ ਕਰ ਲਾਂ। ਫਿਰ ਗਿੱਪੀ ਬਾਈ ਦਾ ਜੱਟ ਜਾ ਗਿਆ। ਅੱਛਾ, ਪਹਿਲਾਂ ਉੱਧਰ ਡੇਟਾਂ ਦਿਓਗੇ ਫਿਰ ਮੈਨੂੰ? ਅਸੀਂ ਪਾਗਲ ਹਾਂ, ਅਸੀਂ ਨਾਂ ਲਿਖਿਆ ਤੁਹਾਡੇ ਕਰੈਕਟਰ ਦਾ ਜਵਾਲਾ ਸਿੰਘ ਸੋਹੀ। ਅੱਛਾ ਜੀ। ਤੇ ਸੋਹੀ ਸਾਨੂੰ ਏਦਾਂ ਕਹਿ ਰਿਹਾ, ਵਾਹ। ਉਸ ਤੋਂ ਬਾਅਦ ਚਲੋ ਫਿਲਮ ਡਨ ਹੋ ਗਈ, ਮੈਂ ਇੱਧਰ ਆ ਗਿਆ। ਇੱਧਰ ਆ ਗਿਆ ਤਾਂ ਗਿੱਪੀ ਸਾਹਿਬ ਮੇਰੇ ਜਾਣ ਤੋਂ ਪਹਿਲਾਂ ਸੈੱਟ 'ਤੇ ਖੜ੍ਹੇ ਹੁੰਦੇ ਸੀ। ਜਦੋਂ ਮੈਂ ਸਭ ਤੋਂ ਪਹਿਲਾਂ ਜਾਂਦਾ ਸੀ, ਮੈਨੂੰ ਯਾਦ ਆ ਐਕਟਰਾਂ 'ਚੋਂ ਸਭ ਤੋਂ ਪਹਿਲਾਂ ਇਹ। ਹਾਂ, ਇਹ ਇਹਨਾਂ ਨੇ ਮੈਨੂੰ ਇਸ ਚੀਜ਼ ਦੀ ਸ਼ਾਬਾਸ਼ੀ ਦਿੱਤੀ ਕਿ ਸੋਹੀ ਸਾਹਿਬ ਆ ਕੇ ਬਹਿ ਜਾਂਦੇ ਹੋ, ਅਤੇ ਜਿਹੜੇ ਇੱਥੇ ਹੋਰ ਸਟਾਰਸ ਨੇ ਉਹ ਘੱਟੋ ਘੱਟ 2-4 ਦਿਨ ਬਾਅਦ ਟਾਈਮ 'ਤੇ ਆਉਣ ਲੱਗ ਗਏ। ਕਹਿੰਦੇ ਬਹੁਤ ਬਹੁਤ ਧੰਨਵਾਦ, ਤੁਸੀਂ ਮੇਰਾ ਬਹੁਤ ਟਾਈਮ ਬਚਾ ਰਹੇ ਹੋ। ਫਿਰ ਇੱਕ ਮੈਂ ਬਲਦ ਹੱਕਣ ਦਾ ਜਿਹੜਾ ਕੰਮ ਸੀ ਉਹ ਮੈਨੂੰ ਆਉਂਦਾ ਸੀ ਜੱਟਾਂ ਦਾ ਬੋਤਾਂ, ਉਹਦੇ 'ਚ ਮੈਂ ਮਾਰਕ 'ਤੇ ਆਪੇ ਹੀ ਹੱਟ ਹੱਟ ਕਰਕੇ ਆਪੇ ਵਾਪਸ ਆ ਜਾਂਦਾ ਸੀ। ਨਹੀਂ, ਪ੍ਰੋਡਿਊਸਰ ਨੇ ਇੰਨੇ ਖੁਸ਼ ਹੋਏ, ਮੇਰੀ ਹਾਫ ਸ਼ਿਫਟ ਭੱਜ ਗਈ ਅੱਜ ਜੱਟਾ। ਬਹੁਤ ਮਜ਼ਾ ਆਇਆ ਕੰਮ ਕਰਕੇ ਇਹਨਾਂ ਨਾਲ। ਅਤੇ ਫਿਰ ਤਾਂ ਅਰਦਾਸ ਅਤੇ ਚਰਚੇ ਸਾਰੀ ਦੁਨੀਆ 'ਚ ਹੋਏ। ਫਿਰ ਬਾਪੂ ਦੇ ਕਹਿਣ 'ਤੇ ਹੀਰੋ ਗਾਣਾ ਗਾ ਰਿਹਾ, ਪੰਚਾਇਤ ਵਾਲਾ, ਕਾਵਾਂ ਕਾਵਾਂ 'ਤੇ ਪੰਚਾਇਤ ਵਾਲਾ। ਤੋ ਉਹ ਕਰੈਕਟਰ ਮੇਰਾ ਅੱਜ ਵੀ ਜਦੋਂ ਮੈਂ ਜਾਂਦਾ ਤਾਂ ਪਿੰਡਾਂ ਵਾਲੇ ਜਿਹੜੇ ਮੇਰੇ ਪਿੰਡ ਦੇ ਬੰਦੇ, ਮੈਂ ਹੁਣ ਅੱਜ ਕੱਲ੍ਹ ਪਿੰਡ ਰਹਿਣ ਲੱਗ ਗਿਆ, ਉਹ ਅਰਦਾਸ ਨੂੰ ਯਾਦ ਕਰਦੇ ਨੇ। ਯਾਰ ਪਰਮਜੀਤ, ਤੂੰ ਉਹ ਰੋਲ ਐਡਾ ਵਧੀਆ ਤਾਂ ਖੇਡ ਗਿਆ ਵੀ ਤੂੰ ਪਿੰਡਾਂ ਦਾ ਜੰਮ ਪਾਲਾ ਹੈ। ਇਹ ਮੈਂ ਕਿਹਾ ਫਿਰ ਇਹ ਤਾਂ ਰਾਈਟਰ ਡਾਇਰੈਕਟਰ ਉਹਨਾਂ ਦੀ ਅੱਖ ਸੀ ਕਿ ਨਹੀਂ ਵੀਰਾ, ਜੱਟ ਵਾਲਾ ਰੋਲ ਤਾਂ ਜੱਟ ਤੋਂ ਹੀ ਕਰਾਉਂਦੇ ਹਾਂ, ਜਿਹਦੇ ਸੁਭਾਅ 'ਚ ਥੋੜ੍ਹਾ ਜਿਹਾ ਉਹ ਕੁਛ ਮੈਨੂੰ ਅਕਸਰ ਕਿਹਾ ਜਾਂਦਾ ਕਿ ਤੂੰ ਅੜਬ ਲੱਗਦਾ ਹੈ, ਫਿਲਮਾਂ ਤੋਂ ਲੋਕਾਂ 'ਚ ਪ੍ਰਭਾਵ ਬਣ ਜਾਂਦਾ ਹੈ। ਪਰ ਸੈਕਿੰਡ ਅਰਦਾਸ 'ਚ ਪਹਿਲੀ 'ਚ ਵੀ ਲੋਕਾਂ ਨੂੰ ਰੁਆਇਆ, ਵੀ ਸੈਕਿੰਡ 'ਚ ਫਿਰ ਲੋਕਾਂ ਨੂੰ ਰੁਆਇਆ ਦੁਖੀ। ਅੱਛਾ, ਸੈਕਿੰਡ 'ਚ ਹੋਰ ਕਮਾਲ ਹੀ ਕਰਕੇ ਜੱਟ ਨੂੰ ਪੰਡਿਤ ਦਾ ਰੋਲ ਦੇ ਤਾ,
ਮੈਨੂੰ ਮੰਤਰ ਪੜ੍ਹਨੇ ਆਉਣ ਨਾ, ਮੰਤਰ ਜਦੋਂ ਔਖਾ ਸਮਾਂ ਹੁੰਦਾ ਨਾ ਬੰਦੇ ਦੇ ਪੰਡਤਾਂ ਕੋਲ ਜਾਂਦਾ ਯੰਤਰੀਆਂ ਲੈ ਕੇ, ਉਹ ਮੈਨੂੰ ਇੱਕ ਸੂਰਜ ਦੇਵਤਾ ਦਾ ਇੱਕ ਮੰਤਰ ਯਾਦ ਸੀ ਥੋੜ੍ਹਾ ਜਿਹਾ, ਮੈਂ ਉਹ ਪੜ੍ਹਤਾ, ਇਹ ਸੂਰਜ ਦੇਵਤਾ ਸਤਾਰਾਂ ਸੌ ਤੇਜੋ ਰਸੇ ਜਗਤ ਪਤੀ ਅਨੁਕੰਪ ਮਹਾਂ ਦੇ ਵਿਗਿਆ ਨਾ ਮਰਦੇ ਵਾਕਰ, ਲੋਕ ਕਹਿਣ ਯਾਰ ਤਾਂ ਇੱਕ ਕਿਆ ਕਿਆ ਬਾਤ ਹੈ, ਸੋਈ ਸਾ ਹੈ ਝੱਟ ਬੰਦਾ ਯਾਰ ਪੰਤਰ ਮੰਤਰ ਪੜ੍ਹੀ ਜਾਂਦਾ ਹੈ, ਤੇ ਉਹ ਕੰਮ ਆ ਗਏ ਸਟਰਗਲ ਵੇਲੇ ਦੇ। ਸਟਰਗਲ 'ਚ ਬੰਦਾ ਕੋਈ ਪੰਡਿਤ ਨਹੀਂ ਛੱਡਦਾ, ਕੋਈ ਅੰਗੂਠੀਆਂ ਪਵਾਉਣ ਵਾਲਾ ਨਹੀਂ ਛੱਡਦਾ, ਵੀ ਯਾਰ ਰੱਬਾ ਕਾਮਯਾਬ ਕਰ ਯਾਰ ਕਿਸੇ ਪਾਸਿਓਂ। ਔਰ ਮੈਂ ਤਾਂ ਧੱਕੇ ਹੀ ਬਹੁਤ ਖਾਧੇ ਨੇ, ਮੈਂ ਬਹੁਤ ਅਰਦਾਸਾਂ ਬਹੁਤ ਕਰਦਾ ਸੀਗਾ, ਅਤੇ ਅਰਦਾਸ ਮੇਰੀ ਅਰਦਾਸ ਫਿਲਮ ਤੋਂ ਹੀ ਸੁਣੀ ਗਈ। ਵਾਹ ਜੀ ਵਾਹ। ਉਸ ਤੋਂ ਬਾਅਦ ਫਿਰ ਤਾਂ ਪਿੱਛੇ ਮੁੜ ਕੇ ਦੇਖਿਆ ਨਹੀਂ, ਦੇਹ ਦਨਾ ਦਨ ਬਹੁਤ ਕੰਮ ਇੰਡਸਟਰੀ 'ਚ ਬਹੁਤ ਆ, ਹੁਣ ਫਿਰ ਤੁਹਾਡੇ ਸਾਹਮਣੇ ਅਰਦਾਸ ਕਰਕੇ ਬੈਠਾ। ਇਹੀ ਪਿਆਰ ਨਾ ਫਖਰ ਹੈ ਗਿੱਪੀ ਬਾਈ ਲਿਖਦਾ, ਇਹਦੇ 'ਚ ਇਹਦੇ 'ਚ ਮੈਨੂੰ ਪਤਾ ਲੱਗਿਆ ਅੰਦਰੋਂ ਥੋੜ੍ਹਾ ਹੌਲੀ ਹੌਲੀ ਜੇ, ਕਹਿੰਦੇ ਸੋਚਿਆ ਬਈ ਯਾਰ ਦੋ ਫਿਲਮਾਂ 'ਚ ਸੋਹੀ ਹੈਗਾ ਸੀ, ਅਤੇ ਇਹਦੇ 'ਚ ਜੇ ਸੋਹੀ ਨਾ ਹੋਵੇ ਚੰਗਾ ਜਾਂ ਨਹੀਂ ਲੱਗਦਾ, ਦੋ ਤਿੰਨ ਦੋ ਚਾਰ ਸੀਨ ਲਿਖ ਲੈਂਦੇ ਹਾਂ। ਦੋ ਚਾਰ ਸੀਨ ਲਿਖਦੇ ਲਿਖਦੇ ਐਡਾ ਸੋਹਣਾ ਰੋਲ ਲਿਖਤਾ ਭਾਜੀ। ਭਾਜੀ ਮੈਂ ਦੱਸਦਾ ਐਕਚੁਲੀ ਕੀ ਆ, ਜਿਵੇਂ ਉੱਧਰ ਭੰਗੂ ਮੈਮ ਦੇ ਖੁਫੀਆ ਬੰਦੇ ਸੀਗੇ ਸੈੱਟ 'ਤੇ, ਉਵੇਂ ਹੀ ਤੁਹਾਡੇ ਬੰਦੇ ਵੀ ਖੁਫੀਆ ਸੀਗੇ ਸੈੱਟ 'ਤੇ, ਉਹ ਪ੍ਰਿੰਸ ਕਮਲ ਜੀ ਹਰਦੀਪ ਹੈ ਨਾ ਇਹ ਸਾਰੇ। ਹੁਣ ਜਦੋਂ ਹਲੇ ਫਿਲਮ ਦਾ ਪਲੋਟ ਹੀ ਲਿਖ ਹੋਇਆ ਸੀ, ਹਲੇ ਕਹਾਣੀ ਲਿਖ ਹੋਈ ਸੀ, ਹਲੇ ਉਹ ਵੀ ਮੋਟੀ ਮੋਟੀ ਜਿਹਨੂੰ ਕਹਿੰਦੇ ਆ, ਪੂਰੀ ਨਹੀਂ ਸੀ ਲਿਖ ਹੋਈ, ਇਹ ਉਦੋਂ ਹੀ ਦੱਸਣ ਲੱਗ ਗਏ ਅੱਗੇ ਖਬਰਾਂ ਵੀ ਸੋਹੀ ਸਾਹਿਬ ਤੁਹਾਡਾ ਰੋਲ ਲਿਖ ਲਿਆ, ਸ਼ਾਇਦ ਛੋਟਾ ਲੱਗਦਾ ਹੈ, ਸ਼ਾਇਦ ਐਂ ਲੱਗਦਾ। ਫਿਰ ਜਦੋਂ ਸੋਹੀ ਸਾਹਿਬ ਸੈੱਟ 'ਤੇ ਮੈਨੂੰ ਕਹਿੰਦੇ ਰੋਲ ਤਾਂ ਮੇਰਾ ਕਾਫੀ ਬੜਾ ਲੱਗਦਾ, ਇਹ ਸਾਲੇ ਛੋਟਾ ਕਹੀ ਜਾਂਦੇ। ਮੈਂ ਕਿਹਾ ਨਹੀਂ ਜੀ ਰੋਲ ਛੋਟਾ ਨਹੀਂ ਹੈ, ਐਕਚੁਅਲੀ ਉਹ ਜਦੋਂ ਕਹਾਣੀ ਉਹ ਕੱਚੀ ਸੀ ਉਸ ਟਾਈਮ ਹੀ ਖਬਰਾਂ ਪਹੁੰਚਾਤੀਆਂ ਉਹਨਾਂ ਨੇ, ਪਹੁੰਚਾਤੀਆਂ ਹੋਣੀਆਂ ਮੇਰੇ ਕੋਲ ਪਰ ਮੈਨੂੰ ਜਦੋਂ ਫਾਈਨਲੀ ਮੇਰੇ ਕੋਲ ਆਹ ਕਰੈਕਟਰ ਖੇਡਣ ਨੂੰ ਮਿਲਿਆ, ਮੇਰੀ ਰੂਹ ਉਮਰਾਂ ਤੱਕ ਰੋਈ। ਐਡਾ ਸੋਹਣਾ ਕਰੈਕਟਰ, ਇੰਨਾ ਟਫ ਕਰੈਕਟਰ, ਪਰ ਬੰਦੇ ਕਹਿੰਦੇ ਵੀ ਤੁਹਾਨੂੰ ਕਿਹੜਾ ਰੋਲ ਖੇਡਣਾ ਔਖਾ ਲੱਗਦਾ ਹੈ, ਮੈਂ ਕਿਹਾ ਮੈਨੂੰ ਕੋਈ ਵੀ ਨਹੀਂ ਔਖਾ ਲੱਗਦਾ, ਪਰ ਟ੍ਰੈਜਡੀ ਖੇਡਣੀ ਮੈਨੂੰ ਸੌਖੀ ਲੱਗਦੀ ਹੈ। ਉਹ ਜਿਹੜੀਆਂ ਰੂਹ ਦੀਆਂ ਗੱਲਾਂ ਕਰਨੀਆਂ ਨੇ, ਅੰਦਰੋਂ ਵਿੰਨੇ ਜਾਣ ਦੀਆਂ ਗੱਲਾਂ ਕਰਨੀਆਂ ਨੇ, ਉਹ ਕਰਨ ਤੋਂ ਬਾਅਦ ਜਿਹੜਾ ਸੁੱਖ ਮਿਲਦਾ ਨਾ ਤੁਹਾਨੂੰ, ਤੁਸੀਂ ਬਹੁਤ ਸਮੇਂ ਲਈ ਸਾਰੇ ਦੁੱਖਾਂ ਉੱਤੇ ਝਾੜੂ ਮਾਰ ਦਿੰਦੇ ਸਾਰਿਆਂ 'ਤੇ, ਰੋ ਕੇ, ਲੋਕਾਂ ਨੂੰ ਰੋਆ ਕੇ ਵੀ ਕੋਮੇਡੀ, ਲੋਕ ਹੱਸਦੇ ਨੇ, ਇੱਥੇ ਰੋ ਕੇ ਲੋਕ ਖੁਸ਼ ਹੋ ਜਾਂਦੇ ਨੇ। ਆਹ ਸਿਨਮੇ 'ਚ ਜਿਹੜਾ ਗਿੱਪੀ ਸਾਹਿਬ ਨੇ ਅਰਦਾਸ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਨਾ, ਇਹ ਬਹੁਤ ਬਹੁਤ ਕਮਾਲ ਦੀ ਚੀਜ਼ ਹੈ। ਇਹ ਤੋਂ ਬਾਅਦ ਬੰਦਾ ਆਪਣੇ ਦੁੱਖ ਅੱਖਾਂ ਥਾਈਂ ਡੋਲ ਕੇ ਪਾਸੇ ਵਿਹਲਾ ਹੋ ਜਾਂਦਾ ਹੈ, ਉਹ ਕਮਾਲ ਕਮਾਲ ਦੀ ਚੀਜ਼ ਹੈ, ਬਹੁਤ ਵੱਡੀ ਦੇਣ ਤੁਹਾਡੀ ਇਹ। ਕੀ ਬਾਤ ਹੈ, ਆਹ ਸਮਾਜ ਵਾਸਤੇ ਬੜੀ ਸਿੱਖਿਆ ਮਿਲਦੀ ਹੈ। ਅਰਦਾਸ ਆਪਾਂ ਕਿੱਥੇ ਨਹੀਂ ਕਰਦੇ, ਸੁੱਖਾਂ 'ਚ ਅਰਦਾਸ ਕਰਦੇ ਹਾਂ, ਵਿਆਹ ਸ਼ਾਦੀਆਂ 'ਚ ਪੁੱਤਾਂ ਧੀਆਂ ਦੀਆਂ ਧੀ ਦੀ ਡੋਲੀ ਤੁਰਦੀ ਅਰਦਾਸਾਂ ਕਰਦੇ ਕਰਦੇ ਤੋਰਦੇ ਹਾਂ, ਦੁੱਖਾਂ 'ਚ ਕੋਈ ਸਾਡਾ ਚੱਲ ਵਸਿਆ ਉਦੋਂ ਅਸੀਂ ਅਰਦਾਸਾਂ ਕਰਦੇ ਹਾਂ ਪਰਮਾਤਮਾ ਇਹਨੂੰ ਆਪਦੀ ਝੋੜੀ 'ਚ ਲੈ ਲੈ, ਇਹਨੂੰ ਆਪਦੇ ਚਰਨਾਂ 'ਚ ਥਾਂ ਦੇ ਦੇ, ਅਰਦਾਸਾਂ ਕਰਦੇ ਹਾਂ। ਸੋ ਅਰਦਾਸ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ, ਮੈਂ ਪਰਮਾਤਮਾ ਅੱਗੇ ਫਿਰ ਅਰਦਾਸ ਕਰ ਦਾਂਗੇ ਸਾਡੀ ਅਰਦਾਸ ਨੂੰ,
ਸਫਲ ਕਰੇ। ਔਰ ਗਿੱਪੀ ਸਾਹਿਬ ਸਾਡੇ ਬਹੁਤ ਇੰਡਸਟਰੀ 'ਚ, ਮੈਂ ਕੱਲ੍ਹ ਪਰਸੋਂ ਦੀ ਗੱਲ ਚੱਲੀ ਸੀ, ਉਹ ਮੈਂ ਕਿਹਾ ਸਾਡੀ ਇੰਡਸਟਰੀ ਤਾਂ 100 ਕਰੋੜ ਇੱਕ ਬਣਾਉਣ ਵਾਲਾ ਕੌਣ ਹੈ, ਤੁਸੀਂ ਨਿੰਦੀ ਜਾਓ, 100 ਕਰੋੜ ਕਿਹਨੇ ਬਣਾਇਆ? ਗਿੱਪੀ ਗਰੇਵਾਲ ਨੇ। ਸੋ ਇੱਕ ਮੇਰੇ ਦੋਸਤ ਨੇ ਮੇਰੇ ਨਾਲ ਗੱਲ ਕੀਤੀ, ਕਹਿੰਦੇ ਗਿੱਪੀ ਬਾਈ ਤਾਂ ਰਾਤ ਦੀ ਗੱਲ ਹੈ, ਬੈਠੇ ਗੱਲਾਂ ਕਰਦੇ ਸੀ, ਕਹਿੰਦਾ ਜਦੋਂ ਪਹਿਲਾ ਗਾਣਾ ਆਇਆ ਸੀ ਇੱਕ, ਉਦੋਂ ਸੋਚਿਆ ਵੀ ਯਾਰ ਕਈਆਂ ਦੇ ਵਿੱਚ ਇਹ ਚਿੰਗਾਰੀ ਦਿਸਦੀ ਹੁੰਦੀ ਹੈ, ਕਹਿੰਦਾ ਮੈਂ ਦੇਖਿਆ ਵੀ ਯਾਰ ਆਹ ਬੰਦਾ ਜਿਹੜਾ ਆਹ ਮੁੰਡਾ ਗਾਇਆ ਕੇ ਗਿਆ, ਇਹ ਯਾਰ ਫਿਲਮ ਐਕਟਰ ਬਣੂਗਾ। ਗੱਲ ਸੱਚ ਹੋ ਨਿਬੜੀ। ਉਹ ਇਹ ਪਰਮਾਤਮਾ ਦਿਖਾ ਦਿੰਦਾ। ਮੈਂ ਉਹ ਮੁੰਡਾ ਇੱਥੇ ਇਹ ਨਹੀਂ ਗਾ, ਸਿਮਰਨਜੀਤ, ਮੈਂ ਸਿਮਰਨਜੀਤ ਗਾਣੇ ਕਰਦਾ ਹੁੰਦਾ ਸੀ, ਮੇਰੇ ਇੱਕ ਦੋਸਤ ਕੋਲ ਬੈਠਾ ਉੱਥੇ, ਮੈਂ ਇਹਦਾ ਗਾਣਾ ਜਦੋਂ ਦੇਖਿਆ, ਗਾਣੇ 'ਚ ਮੈਂ ਦੇਖਿਆ ਵੀ ਗਾਣੇ 'ਚ ਟੈਕਨੀਕ ਉਹੀ ਸ਼ੋਰਟ ਨਹੀਂ, ਘੱਟ ਲੋਕ ਲੈਂਦੇ ਸੀਗੇ। ਉਹ ਮੈਂ ਕਿਹਾ ਮੁੰਡਿਆ ਤੂੰ ਐਕਟਰ ਬਣ ਸਕਦਾ, ਡਾਇਰੈਕਟਰ ਬਣ ਸਕਦਾ ਵੇ। ਉਹ ਜਦੋਂ ਉਸ ਤੋਂ ਬਾਅਦ ਉਹਨੂੰ ਪੁੱਤ ਜੱਟਾਂ ਦੀ ਫਿਲਮ ਮਿਲੀ, ਉਹ ਕਮਲਜੀਤ ਬੈਠਾ, ਦੋਵਾਂ ਜਾਣੇ ਗਏ ਸੀ ਪਿੰਡ ਮੇਰੇ ਕੋਲ, ਕਹਿੰਦੇ ਫਿਲਮ ਮਿਲ ਗਈ ਮੁੰਡੇ, ਫਿਲਮ ਕਰ ਰਿਹਾ ਸੀ। ਮੈਂ ਫਿਰ ਉਹ ਫਿਲਮ ਕੀਤੀ। ਉਹ ਇਹ ਗੁੱਝੀਆਂ ਨਹੀਂ ਰਹਿੰਦੀਆਂ ਹੁੰਦੀਆਂ, ਪਰਮਾਤਮਾ ਦੀ ਮਿਹਰ ਜਿਹਦੇ 'ਤੇ ਹੁੰਦੀ ਹੈ ਉਹ ਮਿਹਰ ਬਣੀ ਰਹੇ, ਅਤੇ ਸਾਡੀ ਫਿਲਮ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਵਾਲੇ, ਇਹ ਮੇਰੀ ਅਰਦਾਸ ਹੈ।